ਇੱਥੇ ਖੜ੍ਹੇ ਹਾਂ ਖਾਲਸਾ ਜੀ, ਅਸੀਂ ਵਿਚਾਰੀਏ ਤਾਂ ਸਹੀ, ਸਾਡੇ ਗੁਰਦੁਆਰੇ 'ਚ ਕਦੇ ਵੀ ਇਹੋ ਜਿਹੀ ਗੱਲਾਂ ਕਿਉਂ ਨਹੀਂ ਹੁੰਦੀਆਂ? ਉੱਥੇ ਰੋਕਿਆ ਜਾਂਦਾ ਵੀ ਇਹੋ ਜਿਹੀ ਗੱਲਾਂ ਨਾ ਕਰੋ ਜੀ, ਤੁਸੀਂ ਕੋਈ ਗੁਰਬਾਣੀ ਦੀ ਗੱਲ ਕਰੋ। ਇਹ ਅਸੀਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ, ਉਹ 'ਚੋਂ ਨਿਕਲੀ ਗੱਲਾਂ ਨੇ ਕਿ ਅਸੀਂ ਖਾਲਸਾ ਪੰਥ ਦੀ ਪਹਿਰਾਦਾਰੀ ਕਰਨੀ ਹੈ। ਮੇਰੇ ਵੀਰਾਂ ਨੇ ਕੁਛਾਂ ਨੇ ਗੱਲ ਕੀਤੀ ਸੀ ਮੀਡੀਆ ਬਾਰੇ ਵੀ, ਪਿਛਲੀ ਵਾਰੀ ਭਾਈ ਸਾਹਿਬ ਵੀ ਬੋਲੇ ਸੀਗੇ ਜਗਬਾਣੀ ਅਖਬਾਰ ਬਾਰੇ, ਮੈਂ 2 ਮਿੰਟ ਲਈ ਉਹਦੀ ਵੀ ਗੱਲ ਕਰ ਲਵਾਂ। ਜਗਬਾਣੀ ਅਖਬਾਰ ਅਸੀਂ ਪੜ੍ਹਦੇ ਹਾਂ, ਮੈਂ ਵੀ ਬਹੁਤ ਟਾਈਮ ਪਹਿਲਾਂ, ਮੈਨੂੰ ਬੜਾ ਵਧੀਆ ਲੱਗਦਾ ਸੀ ਕਿ ਜਗਬਾਣੀ ਅਖਬਾਰ ਪੜ੍ਹਨਾ ਚਾਹੀਦਾ, ਪਰ ਜਦੋਂ ਉਹਦਾ ਮੈਂ ਇਤਿਹਾਸ ਪੜ੍ਹਿਆ ਜਗਬਾਣੀ ਅਖਬਾਰ ਦਾ, ਤਾਂ ਬੜੀ ਹੈਰਾਨਗੀ ਹੋਈ ਹੈ। ਜਗਬਾਣੀ ਅਖਬਾਰ ਦਾ ਜਿਹੜਾ ਐਡੀਟਰ ਸੀ ਲਾਲਾ ਜਗਤ ਨਾਰਾਇਣ, ਜਦੋਂ ਪੰਜਾਬੀ ਸੂਬਾ ਮੋਰਚਾ ਸ਼ੁਰੂ ਹੋਇਆ ਲੱਗਿਆ, ਉਹਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀਗਾ ਜਗਤ ਨਾਰਾਇਣ ਨੇ, ਜਗਬਾਣੀ ਅਖਬਾਰ ਨੇ। ਉਸ ਤੋਂ ਬਾਅਦ ਜਦੋਂ ਪੰਜਾਬੀ ਬੋਲੀ ਦੀ ਮਰਦਮਸ਼ੁਆਰੀ ਹੋਈ ਹੈ ਕਿ ਅਸੀਂ ਪੰਜਾਬੀ ਲਿਖਾਣੀ ਹੈ, ਉਹ ਹਿੰਦੂਆਂ ਦੇ ਇਕੱਠਾਂ ਦੇ ਵਿੱਚ ਜਾ ਕੇ ਕਹਿੰਦਾ ਰਿਹਾ ਕਿ ਸਾਡੀ ਬੋਲੀ ਹਿੰਦੀ ਹੈ, ਤੁਸੀਂ ਹਿੰਦੀ ਲਿਖਾਣੀ ਹੈ। ਉਹ ਹੈ ਲਾਲਾ ਜਗਤ ਨਾਰਾਇਣ। ਉਸ ਤੋਂ ਅੱਗੇ ਮੈਂ ਗੱਲ ਕਰਾਂ, ਜਦੋਂ 78 ਦੇ ਵਿੱਚ 13 ਸਿੰਘ ਸ਼ਹੀਦ ਕੀਤੇ ਨੇ, ਉੱਥੇ ਸਪੀਕਰ ਜਿਹਦਾ ਮੈਂ ਖੜਿਆ, ਕੌਣ ਸੀਗਾ ਉੱਥੇ? ਲਾਲਾ ਜਗਤ ਨਾਰਾਇਣ ਉਸ ਸਮੇਂ ਸਪੀਕਰ ਸੀਗਾ ਨਿਰੰਕਾਰੀਆਂ ਦਾ, ਬੋਲ ਰਿਹਾ ਸੀ ਉਸ ਸਮੇਂ ਲਾਲਾ ਜਗਤ ਨਾਰਾਇਣ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ। ਉਸ ਤੋਂ ਬਾਅਦ ਦੀ ਗੱਲ ਕਰਾਂ, ਜਦੋਂ ਗੁਰਬਚਨੇ ਨੂੰ ਸਜ਼ਾ ਹੋਣੀ ਸੀ, ਕੇਸ ਚੱਲਦਾ ਸੀ ਉਹਦਾ, ਬਰੀ ਹੋ ਗਿਆ ਸੀ ਖੈਰ, ਉਹ 'ਤੇ ਕੇਸ ਚੱਲਦਾ ਸੀ ਜਦੋਂ ਉਹਦਾ, ਹਰਿਆਣੇ 'ਚ ਸ਼ਿਫਟ ਕਰਤੇ ਸੀ ਕਰਨਾਲ, ਉੱਥੇ ਜਾ ਕੇ ਲਾਲਾ ਜਗਤ ਨਾਰਾਇਣ ਨੇ ਗਵਾਹੀ ਦਿੱਤੀ ਹੈ ਇਸ ਗੱਲ ਦੀ ਕਿ ਉੱਥੇ ਜਿਹੜੇ ਸਿੱਖ ਮਾਰੇ ਨੇ ਉਹ ਨਿਰੰਕਾਰੀਆਂ ਨੇ ਨਹੀਂ ਮਾਰੇ, ਕੋਈ ਹੋਰ ਬੰਦੇ ਆ ਕੇ ਮਾਰ ਗਏ ਨੇ ਪਤਾ ਨਹੀਂ ਕਿੱਥੋਂ। ਇਹ ਸੀ ਲਾਲਾ ਜਗਤ ਨਾਰਾਇਣ। ਸੋ ਸਾਨੂੰ ਘੱਟੋ ਘੱਟ ਸਾਡੇ ਨੌਜਵਾਨਾਂ ਨੂੰ ਪਤਾ ਤਾਂ ਹੋਵੇ ਖਾਲਸਾ ਜੀ, ਇਹ ਇਸੇ ਗੱਲ 'ਚੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਹੈ, ਜੇ ਤੁਸੀਂ ਨੌਜਵਾਨਾਂ ਨੂੰ ਨਾ ਅਵੇਅਰ ਕਰ ਪਾਏ ਤਾਂ ਤੁਸੀਂ ਉੱਥੇ ਇਕੱਲੇ ਖੜ੍ਹੇ ਹੋਵੋਗੇ, ਜਿਹੜੇ ਪੰਜਾਬ ਦੇ ਨੌਜਵਾਨ ਹੋਣਗੇ ਸਿੱਖ ਨੌਜਵਾਨ, ਉਹ ਤੁਹਾਨੂੰ ਰੋਕਣ ਲਈ ਖੜ੍ਹਨਗੇ। ਜੇ ਨਾ ਤੁਸੀਂ ਅਵੇਅਰ ਕਰੇ, ਜੇ ਨਾ ਉਹਨਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਕਿ ਕਿਹੜੇ ਬੰਦੇ ਪੰਥ ਨਾਲ ਧਰੋ ਕਮਾਉਣ ਵਾਲੇ ਨੇ, ਉਹਨਾਂ ਦਾ ਕਤਲ ਕਰਨ ਵਾਲੇ ਨੇ, ਅਤੇ ਕਿਹੜੇ ਪੰਥ ਲਈ ਮਰਨ ਮਿਟਣ ਵਾਲੇ ਨੇ। ਸੋ ਇਹ ਬੜੀ ਜ਼ਰੂਰੀ ਹੈ।